ਅਮਲੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਵਿੰਦਰ ਸਿੰਘ ਗੈਰੀ ਵੜਿੰਗ ਇੱਕ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਗੈਰੀ ਵੜਿੰਗ ਪਨਗ੍ਰੀਨ ਦੇ ਇੱਕ ਇੰਸਪੈਕਟਰ ਦੇ ਨਾਲ ਬਦਸਲੂਕੀ ਕਰਨ ਦੇ ਆਰੋਪ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ, ਜਿਸ ਦੇ ਚੱਲਦੇ ਇੰਸਪੈਕਟਰ ਦੇ ਕਹਿਣ ਅਨੁਸਾਰ ਜਿੱਥੇ ਜ਼ਿਲ੍ਹੇ ਵਿੱਚ ਖਰੀਦ ਨਾ ਕਰਨ ਦੀ ਗੱਲ ਆਖੀ ਗਈ ਹੈ। ਵਿਧਾਇਕ ਤੇ ਪਨਗ੍ਰੀਨ ਦੇ ਇੰਸਪੈਕਟਰ ਵਿਚਕਾਰ ਹੋਈ ਤਕਰਾਰ ਦੇ ਮਾਮਲੇ ਨੂੰ ਲੈ ਕੇ ਪਨਗ੍ਰੀਨ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ DFSC ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਇਨਸਾਫ ਨਾ ਮਿਲਣ ਤੋਂ ਪੰਜਾਬ ਭਰ 'ਚ ਖਰੀਦ ਬੰਦ ਕਰਨ ਦਾ ਐਲਾਨ ਵੀ ਕੀਤਾ ਗਿਆ। ਫਿਲਹਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਹੜਤਾਲ ਕਰ ਪਨਗ੍ਰੀਨ ਨੇ ਖਰੀਦ ਬੰਦ ਕਰ ਦਿੱਤੀ ਹੈ। ਸਾਰਾ ਘਟਨਾਕ੍ਰਮ ਖਮਾਣੋ ਦੀ ਰਾਏਪੁਰ ਮਾਜਰੀ ਦਾਣਾ ਮੰਡੀ ਤੋਂ ਸ਼ੁਰੂ ਹੋਇਆ, ਜਿੱਥੇ ਖਰੀਦ ਨੂੰ ਲੈ ਕੇ ਪਨਗ੍ਰੀਨ ਦੇ ਇੰਸਪੈਕਟਰ ਗੁਰਮੀਤ ਸਿੰਘ ਅਤੇ ਅਮਲੋ ਦੇ ਵਿਧਾਇਕ ਗੁਰਵਿੰਦਰ ਸਿੰਘ ਗੈਰੀ ਵੜਿੰਗ ਵਿੱਚ ਤਲਖੀ ਵੇਖੀ ਗਈ, ਜਿਸ ਤੋਂ ਬਾਅਦ ਇੰਸਪੈਕਟਰ ਗੁਰਮੀਤ ਸਿੰਘ ਨੇ ਵਿਧਾਇਕ ਗੈਰੀ ਵੜਿੰਗ ਉੱਤੇ ਬਦਸਲੂਕੀ ਕਰਨ, ਧਮਕੀਆਂ ਦੇਣ ਅਤੇ ਕੰਮ ਚ ਵਿਘਨ ਪਾਉਣ ਦੇ ਦੋਸ਼ ਲਾਏ, ਜਿਸ ਤੋਂ ਬਾਅਦ ਇੰਸਪੈਕਟਰ ਦੇ ਕਹਿਣ ਅਨੁਸਾਰ ਪਨਗ੍ਰੀਨ ਵੱਲੋਂ ਜ਼ਿਲ੍ਹੇ ਦੇ DFSC ਦਫ਼ਤਰ ਦੇ ਬਾਹਰ ਖਰੀਦ ਨਾ ਕਰਨ ਦੀ ਗੱਲ ਆਖੀ ਗਈ। ਉੱਥੇ ਹੀ ਇਸ ਮਾਮਲੇ ਵਿੱਚ ਪਨਗ੍ਰੀਨ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ DFSO ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਇਨਸਾਫ ਨਾ ਮਿਲਣ ਤੇ ਪੰਜਾਬ ਭਰ 'ਚ ਖਰੀਦ ਬੰਦ ਕਰਨ ਦਾ ਐਲਾਨ ਕੀਤਾ ਗਿਆ। ਫਿਲਹਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਹੜਤਾਲ ਕਰ ਪਨਗ੍ਰੀਨ ਨੇ ਖਰੀਦ ਬੰਦ ਕਰ ਦਿੱਤੀ ਹੈ। DFSC ਨੇ ਮੰਗ ਪੱਤਰ ਦੇਣ ਆਏ ਖਮਾਣੋ ਵਿਖੇ ਤੈਨਾਤ ਫੂਡ ਸਪਲਾਈ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਖਰੀਦ ਸੰਬੰਧੀ ਰਾਏਪੁਰ ਮਾਜਰੀ ਮੰਡੀ ਵਿੱਚ ਮੌਜੂਦ ਸੀ ਤਾਂ ਉਹਨਾਂ ਦੇ ਨਾਲ ਹਲਕਾ ਵਿਧਾਇਕ ਗੁਰਵਿੰਦਰ ਸਿੰਘ ਹੈਪੀ ਵੀ ਸਨ। ਇਸੇ ਦੌਰਾਨ ਦੂਜੇ ਹਲਕੇ ਅਮਲੋਹ ਤੋਂ ਵਿਧਾਇਕ ਗੁਰਵਿੰਦਰ ਸਿੰਘ ਗੈਰੀ ਵੜਿੰਗ ਮੰਡੀ 'ਚ ਆਏ ਅਤੇ ਕਹਿਣ ਲੱਗੇ ਕਿ ਮੇਰੀ ਮਰਜ਼ੀ ਤੋਂ ਬਿਨਾਂ ਇੱਥੇ ਖਰੀਦ ਕਿਵੇਂ ਸ਼ੁਰੂ ਹੋ ਗਈ। ਇਸੇ ਦੌਰਾਨ ਵਿਧਾਇਕ ਵੜਿੰਗ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ, ਬਦਲੀ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ। ਇਸ ਦੇ ਵਿਰੋਧ 'ਚ ਖਰੀਦ ਬੰਦ ਕੀਤੀ ਗਈ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਹ ਜਲਦ ਹੀ ਜਿਹੜਾ ਹੈ ਥਾਣੇ ਵਿੱਚ ਵੀ ਕੰਪਲੇਂਟ ਕਰਨਗੇ। ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦੇ ਪਨਗ੍ਰੀਨ ਦੇ ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਸੁਮਿਤ ਕੌਰ ਨੇ ਕਿਹਾ ਕਿ ਗੈਰੀ ਵੜਿੰਗ ਵੱਲੋਂ ਸਰਕਾਰੀ ਕੰਮ ਰੋਕੇ ਜਾਣ ਤੇ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪਨਗ੍ਰੀਨ ਦੀ ਖਰੀਦ ਬੰਦ ਕੀਤੀ ਗਈ ਹੈ। ਇਸ ਸੰਬੰਧੀ DFSC ਫਤਿਹਗੜ੍ਹ ਸਾਹਿਬ ਨੇ ਕਿਹਾ ਕਿ ਵਿਧਾਇਕ ਖਿਲਾਫ਼ ਸਾਡੇ ਕੋਲ ਇੰਸਪੈਕਟਰ ਨੇ ਸ਼ਿਕਾਇਤ ਦਿੱਤੀ ਹੈ, ਅਸੀਂ ਇਹਨਾਂ ਦੇ ਮੈਟਰ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਨਾਲ ਗੱਲ ਕਰਕੇ ਅੱਗੇ ਦੀ ਕਾਰਵਾਈ ਅਮਲ ਦੇ ਵਿੱਚ ਲਾਵਾਂਗੇ। ਖਰੀਦ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਨਗ੍ਰੀਨ ਨੇ ਹੀ ਹਾਲੇ ਵਿੱਚ ਖਰੀਦ ਬੰਦ ਕੀਤੀ ਹੈ, ਬਾਕੀ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ। ਤਾਂ ਆਰਡਰਾਂ ਦੇ ਹਿਸਾਬ ਨਾਲ ਅਸੀਂ ਕੱਲ੍ਹ MLA ਰੁਪਿੰਦਰ ਸਿੰਘ ਹੈਪੀ ਜੀ ਨੂੰ ਨਾਲ ਲੈ ਕੇ ਉੱਥੇ ਖਰੀਦ ਸ਼ੁਰੂ ਕਰਵਾਈ ਗਈ। ਖਰੀਦ ਸ਼ੁਰੂ ਕਰਵਾਉਣ ਤੋਂ ਬਾਅਦ ਉੱਥੇ MLA ਗੁਰਿੰਦਰ ਸਿੰਘ ਗੈਰੀ ਕਰਕੇ ਹੈਗੇ ਨੇ ਅਮਲੋਹ ਦੇ, ਉਹ ਆ ਗਏ ਜੀ। ਉਹਨਾਂ ਨੇ ਮੈਨੂੰ ਆਉਂਦੀ ਸਾਰੀ ਭੱਦੀ ਸ਼ਬਦਾਵਲੀ ਵਰਤਣੀ ਸ਼ੁਰੂ ਕਰਤੀ, ਧਮਕਾਉਣਾ ਸ਼ੁਰੂ ਕਰ ਦਿਆ ਕਿ ਤੇਰੀ ਜ਼ਰੂਰਤ ਕਿੱਦਾਂ ਹੋਈ ਵੀ ਤੂੰ ਮੇਰੇ ਏਰੀਏ 'ਚ ਆ ਕੇ ਖਰੀਦ ਕਰੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਬਈ ਇਹ ਜਿਹੜਾ ਏਰੀਆ ਇਹ ਸਾਡੇ ਖਮਾਣ ਦਾ ਏਰੀਆ, ਮੋਰਓਵਰ ਮੇਰੇ ਸਰਕਾਰੀ ਔਰਡਰ ਹੋਏ ਨੇ ਖਰੀਦ ਕਰਨੇ ਅਤੇ ਮੈਂ ਤਾਂ ਖਰੀਦ ਕਰਨ ਆਇਆ। ਮੌਕੇ ਦੇ ਜਿਹੜੇ ਮੌਜੂਦਾ MLA ਸਾਹਿਬ ਨੇ ਉਹ ਮੇਰੇ ਨਾਲ ਨੇ, ਅਤੇ ਅਗਰ ਬਈ ਮੇਰੇ ਔਰਡਰ ਕੱਟਦੇ ਨੇ ਜਾਂ ਕਿਸੇ ਦੇ ਵੀ ਹੁੰਦੇ ਨੇ ਉਹ ਕੱਲ੍ਹ ਤੋਂ ਖਰੀਦ ਕਰ ਲਏਗਾ। ਕਹਿੰਦੇ ਨਹੀਂ ਮੈਂ ਤੁਹਾਨੂੰ ਖਰੀਦ ਕਰਨੇ ਨਹੀਂ ਦੇਣੀ, ਜੇ ਤੂੰ ਨਹੀਂ ਹਟਦਾ ਮੈਂ ਤੇਰੀ ਬਦਲੀ ਹੁਣੀ ਪਠਾਨਕੋਟ ਕਰਵਾਉਣਾ ਕਿ ਮੇਰੀ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਹੈ, ਮੰਤਰੀ ਸਾਹਿਬ ਤਾਂ ਤੇਰੇ ਹੁਣੀ ਔਰਡਰ ਕੱਟ ਕੇ ਤੇਰੇ ਪਾਸ ਪਹੁੰਚ ਜਾਣੇ ਆ ਵੀ ਤੂੰ ਇੱਥੋਂ ਬਾਹਰ ਨਿਕਲ। ਉਹਨਾਂ ਨੇ ਮੈਨੂੰ ਖਰੀਦ ਨਹੀਂ ਕਰਨ ਦਿੱਤੀ ਜੀ, ਮੇਰੇ ਨਾਲ ਮਿਸਬਿਹੇਵ ਬਹੁਤ ਕੀਤਾ, ਸਾਡੇ ਸਰਕਾਰੀ ਕੰਮ 'ਚ ਉਹਨਾਂ ਨੇ ਵਿਘਨ ਪਾਏ। ਤੁਸੀਂ ਮਾਮਲਾ ਵੀ ਦਰਜ ਕਰਾਇਆ ਕੋਈ ਪੁਲਿਸ ਸਟੇਸ਼ਨ? ਮਾਮਲਾ ਜੀ ਬਸ ਅੱਜ ਸਵੇਰੇ ਦਾ ਸਾਡਾ ਪਲਾਨ ਸੀਗਾ ਕਿ ਅਸੀਂ DFSC ਸਾਹਿਬ ਨੂੰ ਮੈਮੋਰੈਂਡਮ ਦੇਈਏ ਅਤੇ ਇਸ ਤੋਂ ਬਾਅਦ ਹੁਣ DC ਮੈਮ ਦਾ ਅਗਰ ਟਾਈਮ ਮਿਲਦਾ ਤਾਂ ਉੱਥੇ ਵੀ ਅਸੀਂ DC ਸਾਹਿਬਾਨ ਨੂੰ ਵੀ ਮੈਮੋਰੈਂਡਮ ਪੇਸ਼ ਕਰਨਾ ਹੈ ਜੀ। ਔਰ ਇਸ ਤੋਂ ਬਾਅਦ ਥਾਣਾ ਮੇਰੇ ਖਿਆਲ 'ਚ ਖੇੜੀਨੋਰ ਸਿੰਘ ਉੱਥੇ ਜਿਹੜਾ ਵੀ ਪੈਂਦਾ ਹੋਏਗਾ ਉੱਥੇ ਜਾ ਕੇ ਮੇਰੇ ਵੱਲੋਂ DTR ਦਾ ਵੀ ਐਪਲੀਕੇਸ਼ਨ ਦਿੱਤੀ ਜਾਈ ਹੈ ਸਰ। ਅਤੇ ਇੰਸਪੈਕਟਰ ਸਾਹਿਬ ਇੱਕ ਗੱਲ ਕਹੀ ਗਈ ਹੈ ਗੈਰੀ ਜੀ ਵੱਲੋਂ ਵੀ ਜਿਹੜਾ ਉਹ ਏਰੀਆ ਹੈਗਾ ਉਹ ਮੰਡੀ ਗੋਬਿੰਦਗੜ੍ਹ ਮਾਰਕੀਟ ਕਮੇਟੀ ਦੇ ਅੰਡਰ ਆ ਰਿਹਾ ਜੀ, ਅਤੇ ਤੁਸੀਂ ਕਹਿ ਰਹੇ ਹੋ ਵੀ ਉਹ ਖਮਾਣੋ ਦੇ ਅੰਡਰ ਆ, ਇਹ ਕੰਟਰਡਿਕਸ਼ਨ ਕਿਉਂ ਹੈ? ਸਰ ਮਾਰਕੀਟ ਕਮੇਟੀ ਕੋਈ ਵੀ ਲੱਗ ਸਕਦੀ ਹੈ, ਬਟ ਜਿਹੜੇ ਕਣਕ ਦੀ ਡਿਸਟ੍ਰੀਬਿਊਸ਼ਨ ਆ ਉਹ ਖਮਾਣੋ ਦੀ ਆ ਉੱਥੇ ਜੀ। ਸ਼ੈਲਰ ਜਿਹੜੇ ਲੱਗੇ ਹੋਏ ਨੇ ਉਹ ਖਮਾਣੋ ਦੇ ਲੱਗੇ ਹੋਏ ਨੇ, ਰਾਏਪੁਰ ਮਾਜਰੀ ਪਿੰਡ ਜਿਹੜਾ ਹੈ ਤੁਸੀਂ ਉੱਥੇ ਸਰਪੰਚ ਸਾਹਿਬ ਨਾਲ ਗੱਲ ਕਰ ਲਓ ਕਿ ਇਹਦੀ ਜੁਰੀਡਿਕਸ਼ਨ 'ਚ ਉਹ ਹੀ ਖਮਾਣੋ ਦੀ 'ਚ ਹੈ। ਅਗਰ ਉਹ ਸਾਡੇ ਖਮਾਣੋ 'ਚ ਹੈਗਾ ਤਾਂ ਹੀ MLA ਰੁਪਿੰਦਰ ਸਿੰਘ ਹੈਪੀ ਸਾਡੇ ਨਾਲ ਤੁਰੇ ਨੇ ਉੱਥੇ ਜਾ ਕੇ ਫੋਟੋ ਖਿਚਾਉਣ 'ਚ। ਐਕਚੁਅਲੀ ਉਹਨਾਂ ਨੂੰ ਕਿਸੇ ਨੇ ਗਲਤ ਫੀਡਅਪ ਕਰ ਦਿਆ ਕਿ ਮਾਰਕੀਟ ਕਮੇਟੀ ਦਾ, ਮੈਂ ਮਾਰਕੀਟ ਕਮੇਟੀ ਦਾ ਸਟਾਫ ਹੀ ਨਹੀਂ ਜੀ, ਮੈਂ ਤਾਂ ਪਨਗ੍ਰੀਨ ਦਾ ਸਟਾਫ ਹੈ। ਮਾਰਕੀਟ ਕਮੇਟੀ ਦਾ ਤਾਂ ਮੰਡੀ ਗੋਬਿੰਦਗੜ੍ਹ ਦੀ ਸਟਾਫ ਡਿਪਿਊਟ ਆ ਉੱਥੇ, ਉਹ ਇਸ ਚੀਜ਼ ਨਾਲ ਸ਼ਬਦਾਂ ਨਾਲ ਖਿਲਵਾੜ ਕਰ ਰਹੇ ਨੇ। ਇਹ ਪੰਜਾਬ ਦੀ ਸਟ੍ਰਾਈਕ ਚੱਲ ਰਹੀ ਹੈ ਜੀ? ਫਿਲਹਾਲ ਜੀ ਅੱਜ ਅਸੀਂ ਫਤਿਹਗੜ੍ਹ ਜ਼ਿਲ੍ਹੇ ਦੀ ਸਟ੍ਰਾਈਕ ਦਾ ਕਾਲ ਕੀਤੀ ਹੋਈ ਹੈ, ਅਗਰ ਕਾਰਵਾਈ ਕੋਈ ਨਹੀਂ ਹੁੰਦੀ ਤਾਂ ਫਰਦਰ ਅਸੀਂ ਪੰਜਾਬ ਲੈਵਲ 'ਤੇ ਸਾਰੀਆਂ ਅੱਜ ਅਸੀਂ ਪੰਜਗ੍ਰੇਨ ਦੀ ਕਰੀ ਹੈ ਜੀ, ਸ਼ਾਮ ਤੱਕ ਨਹੀਂ ਕੁਛ ਹੁੰਦਾ ਤਾਂ ਅਦਰ ਏਜੰਸੀ ਨੂੰ ਇਨਵੋਲਵ ਕਰਿਆ ਜਾਏਗਾ, ਇਸਦਾ ਜਿਹੜਾ ਸਰੂਪ ਹੈ ਥੋੜ੍ਹਾ ਬਹੁਤ।
ਸਰਕਾਰੀ ਕੰਮ 'ਚ ਵਿਘਨ ਪਾਉਣ ਦੀ, ਦੁਰਵਿਵਹਾਰ ਕਰਨ ਦੀ, ਉਹਨਾਂ ਦੇ ਅਗੇਂਸਟ ਬਣਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਅਮਲ 'ਚ ਲਿਆਂਦੀ ਜਾਵੇ। ਪੰਨ ਗਰੇਨ ਦੀ ਵੀ ਜ਼ਿਲ੍ਹੇ ਦੀ ਹੜਤਾਲ ਆ ਜਾਂ ਇਕੱਲੇ ਖਮਾਣੋ ਹਲਕੇ ਦੀ? ਜ਼ਿਲ੍ਹੇ ਦੀ ਸਰ। ਜਿੱਦਾਂ ਇੱਕ MLA ਸਾਹਿਬ ਜਦ ਬੋਲ ਰਹੇ ਸੀਗੇ ਤਾਂ ਦੂਜੇ MPG ਸੀਗੇ ਉਹਨਾਂ ਨੇ ਕੁਛ ਨਹੀਂ ਬੋਲਿਆ ਉੱਥੇ? ਨਹੀਂ ਜੀ ਨਹੀਂ, MLA ਸਾਹਿਬ ਜਿਹੜੇ ਹੈਪੀ ਜੀ ਸੀਗੇ ਉਹਨਾਂ ਦਾ ਜਿਹੜਾ ਸਟੈਂਡ ਸੀਗਾ, ਮੈਂ ਉਹਨਾਂ ਨੂੰ ਸਲਿਊਟ ਕਰਦਾ ਕਿ MLA ਸਾਹਿਬ ਸਲਿਊਟ ਹੈ ਤੁਹਾਨੂੰ ਕਿ ਜੋ ਤੁਸੀਂ ਉੱਥੇ ਸਟੈਂਡ ਲਿਆ ਮੌਕੇ 'ਤੇ। ਉਹਨਾਂ ਨੇ ਉਸੀ ਟਾਈਮ ਕਿਹਾ ਕਿ ਗੈਰੀ ਜੀ ਗੱਲ ਇੱਦਾਂ ਹੈ ਵੀ ਇਹ ਏਰੀਆ ਮੇਰਾ ਅਤੇ ਇੰਸਪੈਕਟਰ ਮੇਰੇ ਨਾਲ ਆਇਆ, ਅਸੀਂ ਖਰੀਦ ਸ਼ੁਰੂ ਕਰਾਈ ਹੈ ਅਤੇ ਤੁਸੀਂ ਮੇਰੇ ਸਾਹਮਣੇ ਅਗਰ ਮੁਲਾਜ਼ਮ ਨਾਲ ਇਹਨੇ ਗੰਦੇ ਤਰੀਕੇ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਪਬਲਿਕ ਨਾਲ ਕਿੱਦਾਂ ਪੇਸ਼ ਆਉਂਦੇ ਹੋਵੋਗੇ? ਜੇਕਰ ਇੱਕ ਵਿਧਾਇਕ ਦੀ ਇੱਕ ਆਫਿਸਰ ਨਾਲ ਇਹੋ ਜਿਹੀ ਵਰਡਿੰਗ ਹੈ ਜਾਂ ਇਹੋ ਜਿਹਾ ਵਤੀਰਾ ਹੈ ਤਾਂ ਆਮ ਪਬਲਿਕ ਨੂੰ ਕਿਹਾ ਜਾਏਗਾ? ਬਿਲਕੁਲ ਜੀ, ਇਹੀ ਤਾਂ ਸੀਗਾ। ਬਟ ਮੈਂ MLA ਸਾਹਿਬ ਦੀ ਬੜੀ, ਅਸੀਂ ਤਾਂ ਮਨ 'ਚ ਬੜੀ ਇੱਜ਼ਤ ਵੱਧ ਗਈ ਹੈ ਜੀ ਰੁਪਿੰਦਰ ਸਿੰਘ ਹੈਪੀ ਜੀ ਕਹੀ ਜੀ, ਉਹਨਾਂ ਨੇ ਜੋ ਮਤਲਬ ਸਟੈਂਡ ਲਿਆ ਮੌਕੇ 'ਤੇ ਔਰ ਹੈਪੀ ਜੀ ਨੂੰ ਉੱਥੋਂ ਜਾਣਾ ਪਿਆ ਜੀ, ਜਿਹੜੇ ਦੂਸਰੇ ਗੁਰਿੰਦਰ ਸਿੰਘ ਗੈਰੀ ਜੀ ਸੀਗੇ ਉਹਨਾਂ ਨੂੰ ਉੱਥੋਂ ਭੱਜਣਾ ਪਿਆ, ਉਹਨਾਂ ਇੰਨਾ ਤਗੜਾ ਸਟੈਂਡ ਲਿਆ। ਉਹਨਾਂ ਨੇ ਮੈਨੂੰ ਵੀ ਕਹਿਤੇ, ਕਹਿੰਦੇ ਯਾਰ ਮੈਂ ਹੋ ਸਕਦਾ ਵਿਧਾਨ ਸਭਾ 'ਚ ਮੰਡੇ ਇਹ ਪੱਖ ਰੱਖੂੰਗਾ ਕਿ ਇਹ ਏਰੀਆ ਮੇਰਾ, ਮੇਰੇ ਏਰੀਆ 'ਚ ਦੂਸਰਾ MLA ਆ ਕੇ ਇੰਟਰਫੇਅਰ ਕਿੱਦਾਂ ਕਰ ਸਕਦਾ? ਅਤੇ ਮੈਮ ਜਿਹੜਾ ਕੱਲ੍ਹ ਕੰਟਰਡਿਕਸ਼ਨ ਹੋਈ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਇੰਸਪੈਕਟਰ ਨੂੰ ਆਪਣੀ ਡਿਊਟੀ ਕਰਨ ਲਈ ਕਿਸੇ ਦੀ ਇੰਨੀਆਂ ਗੱਲਾਂ ਸੁਣਨੀਆਂ ਪੈ ਰਹੀਆਂ। ਅਸੀਂ ਤਾਂ ਸਿਰਫ ਆਰਡਰਸ ਦੇ ਉੱਤੇ ਜਾਂਦੇ ਹਾਂ, ਆਰਡਰ ਲੈ ਕੇ ਆਪਦੀ ਡਿਊਟੀ ਮਾਉਣ ਗਏ ਸੀ ਅਤੇ ਉਸ ਟਾਈਮ MLA ਸਾਹਿਬ ਹੈਪੀ ਜੀ ਸਾਡੇ ਨਾਲ ਸੀਗੇ ਅਤੇ ਗੈਰੀ ਜੀ ਆਏ ਅਤੇ ਉਹਨਾਂ ਨੇ ਬਹੁਤ ਹੀ ਗੰਦੇ ਤਰੀਕੇ ਨਾਲ ਵਰਤਾਵ ਕੀਤਾ ਅਤੇ ਉਹ ਸਾਨੂੰ ਆਪਣਾ ਕੰਮ ਕਰਨ ਤੋਂ ਵੀ ਰੋਕਿਆ ਗਿਆ। ਉਹ ਚੰਗੀ ਗੱਲ ਨਹੀਂ। ਅਤੇ ਹੁਣ ਅੱਜ ਕੋਈ ਸਟ੍ਰਾਈਕ ਕਰ ਰਹੇ ਹਾਂ, ਕੁਛ ਕਰ ਰਹੇ ਹਾਂ? ਹਾਂਜੀ, ਖਰੀਦ ਬੰਦ ਕੀਤੀ ਹੈ ਫਤਿਹਗੜ੍ਹ ਸਾਹਿਬ ਦੀ ਬੰਦ ਗਰੇਨ ਨੇ ਅਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਕਿ ਬੰਦ ਦੀ ਕਾਰਵਾਈ ਜੋ ਵੀ ਬਣਦੀ ਹੈ ਕਿ ਸਰਕਾਰੀ ਕੰਮ ਨੂੰ ਰੋਕਿਆ ਗਿਆ। ਇਹ ਕਦੋਂ ਤੱਕ ਹੜਤਾਲ ਰਹੂਗੀ ਤੁਹਾਡੀ? ਜਦ ਤੱਕ ਕੋਈ ਕਾਰਵਾਈ ਨਹੀਂ ਹੁੰਦੀ। ਮੇਰਾ ਨਾਮ ਜੀ ਹਰਸਰਨਜੀਤ ਸਿੰਘ ਹੈ ਜੀ, ਮੈਂ ਜੀ DFSC ਹੈ ਫਤਿਹਗੜ੍ਹ ਸਾਹਿਬ। ਕੰਪਲੇਂਟ ਆ ਜੀ, ਮੇਰੇ ਕੋਲ ਹੈ, ਇਹ ਪੜ੍ਹ ਰਹੇ ਹੈਗੇ ਜੀ ਮੈਂ, ਅਤੇ MLA ਸਾਹਿਬ ਦੇ ਖਿਲਾਫ਼ ਇਹ ਕਹਿ ਰਹੇ ਨੇ ਜੀ, ਇੰਸਪੈਕਟਰ ਗੁਰਮੀਤ ਸਿੰਘ ਵੀ ਉਹਨਾਂ ਦੇ ਨਾਲ ਕੁਛ ਉਹਨਾਂ ਵੱਲੋਂ ਦੁਰਵਿਵਹਾਰ ਕੀਤਾ ਗਿਆ, ਉਹਦੀ ਉਹ ਸ਼ਿਕਾਇਤ ਨਹੀਂ, ਸ਼ਿਕਾਇਤ ਹੈ ਜੀ। ਮਾਮਲਾ ਜੀ ਆਹ ਮੈਮੋਰੈਂਡਮ 'ਚ ਤਾਂ ਇਹ ਹੈਗਾ ਜੀ, ਇਹਨਾਂ ਨੂੰ ਰਾਏਪੁਰ ਮਾਜਰੀ 'ਚੋਂ ਲਿਖ ਰਹੇ ਹੈ ਕਿ MLA ਸਾਹਿਬ ਨੇ ਗੁਰਿੰਦਰ ਜੀ ਨੇ ਖਰੀਦ ਰੁਕਵਾਈ ਅਤੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਅਤੇ ਉਹਨਾਂ ਨੂੰ ਜਿਹੜੀ ਹੈਗੀ ਹੈ ਜੀ ਬਦਲੀ ਦੀ ਧਮਕੀ ਦਿੱਤੀ, ਇਹ ਲਿਖਿਆ ਹੋਇਆ ਜੀ ਮੈਮੋਰੈਂਡਮ। ਇਹਦਾ ਜੀ ਥੋੜ੍ਹਾ ਜਿਹਾ ਇਹ ਸੀਗਾ ਵੀ ਕੱਲ੍ਹ ਉੱਥੇ ਐਕਚੁਲੀ ਗੁਰਮੀਤ ਸਿੰਘ ਜੀ ਦੀ ਡਿਊਟੀ ਉੱਥੇ ਲੱਗੀ ਹੋਈ ਸੀ ਅਤੇ ਉਹ ਸ਼ਾਮ ਨੂੰ ਹੀ ਕੁਛ ਕਾਰਨਾਂ ਕਰਕੇ ਅਸੀਂ ਇਹਨਾਂ ਦੇ ਔਡਰ ਸ਼ਾਮ ਨੂੰ ਅਸੀਂ ਚੇਂਜ ਕਰਨੇ ਪਏ ਸਾਨੂੰ ਅਤੇ ਉਸ ਤੋਂ ਪਹਿਲਾਂ MLA ਸਾਹਿਬ ਦੀ ਉੱਥੇ ਵਿਜ਼ਿਟ ਹੋਈ ਸੀ ਅਤੇ ਉਹਨਾਂ ਦੇ ਇਹਨਾਂ ਨਾਲ ਕੋਈ ਗੱਲਬਾਤ ਹੋਈ ਹੈ, ਇਹ ਮੈਟਰ ਹੈ ਜੀ। ਇਹ ਆਏ ਨਹੀਂ ਜੀ ਇੰਸਪੈਕਟਰ ਸਾਹਿਬਾਨ ਸਾਰੇ, ਇਹਨਾਂ ਨਾਲ ਹੁਣ ਬੈਠ ਕੇ ਗੱਲਬਾਤ ਕਰਦੇ ਹਾਂ ਜੀ ਅਤੇ ਸਾਡੀ ਕੋਸ਼ਿਸ਼ ਇਹੀ ਹੈ ਜੀ ਕੰਮ ਚਲਾਇਆ ਜਾਵੇ ਅਤੇ ਜਿਹੜਾ ਖਰੀਦ ਹੈ ਨਿਰਵਿਘਨ ਚੱਲੇ, ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੇਖ ਰਹੇ ਹਾਂ ਜੀ ਅਸੀਂ ਹੁਣ, ਮੈਂ ਪਹਿਲਾਂ ਮੈਨੂੰ ਹੁਣ ਮੈਮੋਰੈਂਡਮ ਹਜੇ ਤੱਕ ਹੁਣੇ ਹੀ ਮਿਲੇ ਅਤੇ ਮੈਨੂੰ ਐਨਾਲਾਈਜ਼ ਕਰਦੇ ਇਹਨਾਂ ਦੀ ਕੀ ਡਿਮਾਂਡਸ ਨੇ ਅਤੇ ਫਿਰ ਉਹ ਡੀ ਸਾਹਿਬ ਨਾਲ ਵੀ ਮੈਟਰ ਇਹ ਟੇਕਅਪ ਕਰਾਂਗੇ ਜੀ, ਫਿਰ ਅਕੋਰਡਿੰਗਲੀ ਜੋ ਬਣਦਾ ਹੋਇਆ ਅਸੀਂ ਕਰਾਂਗੇ। ਮੈਨੂੰ ਹਜੇ ਤੱਕ ਤਾਂ ਜੀ ਪਨਗ੍ਰੇਨ ਦਾ ਹੀ ਪਤਾ ਲੱਗਿਆ, ਦੂਜੀ ਏਜੰਸੀ ਦੇ ਇੰਸਪੈਕਟਰਸ ਮੈਨੂੰ ਮਿਲੇ ਨਹੀਂ ਅਤੇ ਦੇਖਦੇ ਹਾਂ ਜੀ ਬਾਕੀ ਕੀ ਕਿੱਦਾਂ ਦਾ। ਏਜੰਸੀਆਂ ਜੀ ਇੱਕ FCI ਹੈ ਜੀ ਪਨਗ੍ਰੇਨ ਹੈ, 4 ਏਜੰਸੀਜ਼ ਨੇ ਜੀ ਟੋਟਲ ਜਿਹੜੀਆਂ ਸਾਰੀਆਂ, 3 ਸਟੇਟ ਦੀਆਂ ਨੇ, 1 ਸੈਂਟਰਲ ਗੌਰਮੈਂਟ ਦੀ ਏਜੰਸੀ।